ਵੱਲੋਂ। ਮੇਰਾ ਪਿੰਡ ਭੁੱਚਰ ਕਲਾਂ ਹੈ। ਮੇਰੇ ਦਾਦਾ ਜੀ ਜਿਹੜੇ ਸੀ ਉਹ ਜਥੇਦਾਰ ਵੇਲ ਸਿੰਘ ਜੀ ਭੁੱਚਰ ਦਾ ਸੰਗਰਾਮੀ ਸੀ। ਉਹਨਾਂ ਸੁਤੰਤਰਤਾ ਸੰਗਰਾਮ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਆਜ਼ਾਦੀ ਦੇ ਵਿੱਚ ਲਹਿਰ ਦੇ ਵਿੱਚ ਹਿੱਸਾ ਪਾਇਆ। ਉਹਨਾਂ ਨੂੰ 25 ਸਾਲਾ ਸੁਤੰਤਰਤਾ ਦਿਵਸ ਤੇ ਸ੍ਰੀਮਤੀ ਇੰਦਰਾ ਗਾਂਧੀ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਕਾਮਲ ਪੁੱਤਰ ਦੇ ਨਾਲ ਨਿਵਾਜਿਆ ਸੀ। ਮੈਂ ਤੇ ਇਹੀ ਕਹਿਣੀ, ਮੇਰਾ ਬੇਟਾ ਰੋਜ਼ਗਾਰ ਹੈ ਉਹਨੂੰ ਜੋਬ ਦੇ ਦਿਓ। ਵੱਡਾ ਤਾਂ ਕਰਦਾ ਪਿਆ ਵੀ ਆਪਣੀ ਰੋਟੀ ਤੇ ਲੱਗਾ ਹੋਇਆ ਹੈ, ਛੋਟਾ ਬਿਲਕੁਲ ਹੀ ਰੋਜ਼ਗਾਰ, ਬਿਲਕੁਲ ਹੀ ਰੋਜ਼ਗਾਰ। ਨਮਸਕਾਰ, ਜੈ ਹਿੰਦ। ਜਗਬਾਣੀ ਦੇਖ ਲਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਰਮਨ ਚਾਵਲਾ। ਅੱਜ ਜ਼ਿਲ੍ਹਾ ਪੱਧਰੀ ਸਮਾਗਮ ਔਰ ਆਜ਼ਾਦੀ ਦਿਵਸ ਨੂੰ ਲੈ ਕੇ ਜੋ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਵਿੱਚ ਅਸੀਂ ਇੱਥੇ ਸਾਰੇ ਇਕੱਤਰ ਹੋਏ ਹਾਂ ਪੁਲਿਸ ਵੱਲੋਂ, ਔਰ ਸਲਾਮੀ ਦਿੱਤੀ ਜਾਵੇਗੀ। ਔਰ ਸਾਡੇ ਇੱਥੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਵੱਲੋਂ ਝੰਡਾ ਲਹਿਰਾਇਆ ਗਿਆ ਹੈ, ਔਰ ਅਸੀਂ ਇੱਥੇ ਅੱਜ ਪਹੁੰਚੇ ਫਰੀਡਮ ਫਾਈਟਰ ਜਿਹੜੇ ਆਜ਼ਾਦੀ ਘੁਲਾਟੀ ਆ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨਾਲ ਕਿਸ ਤਰ੍ਹਾਂ ਉਹਨਾਂ ਦੀ ਜੀਵਨ ਚੱਲ ਰਿਹਾ, ਔਰ ਉਹਨਾਂ ਨਾਲ ਪਿੱਛੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਤਸੀਹੇ ਝੱਲੇ ਪਏ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਦੇ ਜਿਹੜੇ ਪਤੀ ਆ ਜਾਂ ਕਿਸੇ ਦਾ ਬਾਪ ਹੈ ਜਾਂ ਕਿਸੇ ਦਾ ਦਾਦਾ ਸੀਗਾ, ਅੱਜ ਅਸੀਂ ਗੱਲ ਕਰਾਂਗੇ। ਮਾਸਟਰ ਤਸਵੀਰ ਸਿੰਘ ਜੀ ਆ ਸਰ, ਇਹ ਨਮਸਕਾਰ, ਜੈ ਹਿੰਦ। ਤੁਸੀਂ ਅੱਜ ਇੱਥੇ ਆਏ ਜੇ, ਔਰ ਇੱਥੇ ਮਤਲਬ ਤੁਹਾਡੇ ਕੌਣ ਸੀਗੇ ਜਿਹੜੇ ਤੁਸੀਂ ਫਰੀਡਮ ਫਾਈਟਰ ਵਜੋਂ ਤੁਹਾਨੂੰ ਇੱਥੇ ਸਨਮਾਨ ਕਰਨ ਲਈ ਬੁਲਾਇਆ ਗਿਆ ਪ੍ਰਸ਼ਾਸਨ ਵੱਲੋਂ? ਮੇਰਾ ਪਿੰਡ ਭੁੱਚਰ ਕਲਾਂ ਹੈ। ਮੇਰੇ ਦਾਦਾ ਜੀ ਜਿਹੜੇ ਸੀ ਉਹ ਜਥੇਦਾਰ ਵੇਲ ਸਿੰਘ ਜੀ ਭੁੱਚਰ ਦਾ ਸੰਗਰਾਮੀ ਸੀ। ਉਹਨਾਂ ਸੁਤੰਤਰਤਾ ਸੰਗਰਾਮ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਆਜ਼ਾਦ ਹਿੰਦ ਫੌਜ ਦੇ ਵਿੱਚ ਫੌਜ ਭਰਤੀ, ਜਦੋਂ ਆਜ਼ਾਦ ਹਿੰਦ ਆਜ਼ਾਦ ਹਿੰਦ ਫੌਜ ਤੋਂ ਆ ਕੇ ਉਹਨਾਂ ਨੇ ਆਜ਼ਾਦੀ ਦੇ ਵਿੱਚ ਲਹਿਰ ਦੇ ਵਿੱਚ ਹਿੱਸਾ ਪਾਇਆ। ਔਰ ਉਹਦੇ ਵਿੱਚ ਉਹਨਾਂ ਨੂੰ ਕਿਹੜੇ ਕਿਹੜੇ ਉਹਨਾਂ ਨੂੰ ਸਨਮਾਨ ਮਿਲੇ ਸੀ ਉਸ ਟਾਈਮ ਵਿੱਚ ਅੱਜ ਤੱਕ ਪ੍ਰਸ਼ਾਦ? ਉਹਨਾਂ ਨੂੰ 25 ਸਾਲਾ ਸੁਤੰਤਰਤਾ ਦਿਵਸ ਤੇ ਸ੍ਰੀਮਤੀ ਇੰਦਰਾ ਗਾਂਧੀ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਕਾਮਲ ਪੁੱਤਰ ਦੇ ਨਾਲ ਨਿਵਾਜਿਆ ਸੀ। ਔਰ ਅੱਜ ਤੁਸੀਂ ਪਰਿਵਾਰ ਵਿੱਚ ਕਿਹੜੀ ਕੋਈ ਸਹੂਲਤਾਂ ਮਿਲੀਆਂ ਹੁਣ ਸਰਕਾਰ ਵੱਲੋਂ? ਜਿਹੜੀਆਂ ਸਹੂਲਤਾਂ ਆ ਉਹ ਤੱਕ ਕਿਸੇ ਨੂੰ ਸਹੂਲਤ, ਜੋ ਆਮ ਆਦਮੀ ਪਾਰਟੀ ਨੂੰ ਸਹੂਲਤ ਆ ਉਹ ਸੰਗਰਾਮੀ ਆਜ਼ਾਦੀ ਪਾਰਟੀ ਆ ਛੋਟੀ ਸਹੂਲਤਾਂ ਆ। ਸਾਡੀ ਮੰਗ ਹੈ ਵੀ ਇਹਨਾਂ ਨੂੰ ਵੱਖਰੀਆਂ ਸਹੂਲਤਾਂ ਬਿਜਲੀ ਦਾ ਜਿਹੜਾ ਉਹਦੇ ਵਿੱਚ ਵੀ, ਫੇਰ ਭਰਤੀ ਦੇ ਵਿੱਚ ਵੀ ਇਹਨਾਂ ਨੇ ਕੋਈ ਸਹੂਲਤ ਇੰਨੀ ਨੀ ਕੀਤੀ। ਸਾਡੀ ਕਈ ਵਾਰ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ, ਪਰ ਅਜੇ ਤੱਕ ਸਾਡੀ ਕੋਈ ਉਹਨਾਂ ਨੇ ਮੰਗ ਨੀ ਕੀ ਮੰਨੀ। ਪਰ ਕੀ ਮਹਿਸੂਸ ਕਰਦੇ ਜੇ ਤੁਹਾਨੂੰ ਅੱਜ ਇੱਥੇ ਪ੍ਰਸ਼ਾਸਨ ਵੱਲੋਂ ਸਨਮਾਨ ਕਰਨ ਲਈ ਬੁਲਾਇਆ ਗਿਆ ਵਾ, ਜ਼ਿਲ੍ਹਾ ਪੱਧਰੀ ਸਮਾਗਮ ਹੈ, ਇੱਥੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆ ਰਹੇ ਆ? ਬਹੁਤ ਵਧੀਆ ਗੱਲ ਹੈ ਜੀ, ਇਹ ਜਿਹੜੇ ਆਜ਼ਾਦੀ ਘੁਲਾਟੀ ਆ ਉਹਨਾਂ ਦੀ ਸਾਰੀ ਦੇਣ ਆ। ਜਦੋਂ ਆਜ਼ਾਦ ਕਰਵਾਇਆ ਦੇਸ਼ ਨੂੰ, ਉਹਨਾਂ ਦੀ ਇਹੋ ਮੰਗ ਵੀ ਸਾਡਾ ਚੰਗਾ ਪ੍ਰਸ਼ਾਸਨ ਆਵੇ ਤੇ ਸਾਡੇ ਲੋਕ ਜਿਹੜੇ ਆ ਉਹ ਚੰਗਾ ਮਹਿਸੂਸ ਕਰਨ, ਇਹ ਕਰਕੇ ਵਧੀਆ ਸਰਕਾਰ ਜਿਹੜੀ ਆ ਉਹ ਆਵੇ ਤੇ ਇਹਨੂੰ ਜਿਹੜਾ ਦੇਸ਼ ਨੂੰ ਵਧੀਆ ਤਰੱਕੀ ਤੇ ਲੈ ਜਾਵੇ। ਇਹ ਸਨ ਮਾਸਟਰ ਤਸਵੀਰ ਸਿੰਘ ਜੀ। ਇਸੇ ਤਰ੍ਹਾਂ ਅਸੀਂ ਗੱਲ ਕਰਾਂਗੇ ਅੱਜ ਫਰੀਡਮ ਫਾਈਟਰ ਔਰ ਇਹਨਾਂ ਦੇ ਸ਼ਹੀਦ ਹੋਏ ਪਰਿਵਾਰਕ ਮੈਂਬਰ ਉਹਨਾਂ ਨਾਲ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਔਰ ਤੁਹਾਡੇ ਕੌਣ ਸ਼ਹੀਦ ਹੋਇਆ ਸੀ ਘਰ ਵਿੱਚ? ਮੈਂ ਸਰਬਜੀਤ ਕੌਰ, ਧਰਮ ਪਤਨੀ ਸਰਜੀਤ ਸਿੰਘ, ਧਰਮ ਪਤਨੀ ਦੀ ਸਰਜੀਤ ਸਿੰਘ, ਉਹ ਘਰ ਘਰ ਚ ਸ਼ਹੀਦ ਹੋਏ ਆ ਜੀ ਐਂਡ ਕੇ ਬਾਂਦੀਪੁਰ, ਜੀ ਐਂਡ ਕੇ ਬਾਂਦੀਪੁਰ, ਔਰ ਉਹਨਾਂ ਦੇ ਨਾਲ ਟੱਕਰ ਲੈਂਦੇ ਆ, ਸ਼ਹੀਦ ਹੋਏ ਆ ਅੱਤਵਾਦੀਓ ਕੇ ਸਾਥ। ਮੁਕਾਬਲਾ ਆਇਆ ਸੀ ਉਸ ਵੇਲੇ ਜੇ ਕੋਈ ਆਇਆ ਸੀ ਸਵੇਲੇ ਉੱਥੇ ਸ਼ਹੀਦ ਹੋਏ ਆ। ਔਰ ਕਿਹੜੇ ਸਨ ਵਿੱਚ ਹੋਏ ਸੀ? 2000 ਚ, 2000।
ਪਰਿਵਾਰ ਨੂੰ ਤੁਹਾਡੇ ਉਹਨਾਂ ਦੇ ਹਸਬੈਂਡ ਦੀ ਜਿਹੜੇ ਸ਼ਹੀਦ ਹੋਏ ਆ ਉਸ ਤੋਂ ਬਾਅਦ ਸਰਕਾਰ ਵੱਲੋਂ ਕਿਹੜੀ ਕਿਹੜੀਆਂ ਸਹੂਲਤਾਂ ਮਿਲੀਆਂ ਔਰ ਤੁਹਾਨੂੰ ਉਹ ਚ ਕੀ ਮਹਿਸੂਸ ਕਰਦੇ ਹੋ ਤੁਸੀਂ? ਸਰਕਾਰ ਵੱਲੋਂ ਇੱਕ ਜੋਬ ਮਿਲੀ ਮੈਨੂੰ, ਬਾਕੀ ਕੋਈ ਸਹੂਲਤ ਨੀ, ਨਾ ਕੋਈ ਸੜਕ, ਨਾ ਕੋਈ ਗੇਟ, ਨਾ ਕੋਈ ਯਾਦਗਾਰ, ਕੋਈ ਸਹੂਲਤ ਨੀ ਅਜੇ ਤੱਕ ਵੀ, ਕੋਈ ਸਹੂਲਤ ਨੀ, ਨਾ ਬੱਚਿਆਂ ਦੀ ਪੜ੍ਹਾਈ ਦਾ ਕੋਈ ਖਰਚਾ, ਨਾ ਕੋਈ ਹੈ। ਬੇਟਾ ਬੇਰੁਜ਼ਗਾਰ ਹੈ, ਉਹਨੂੰ ਜੋਬ ਬਿਲਕੁਲ ਬੇਰੁਜ਼ਗਾਰ। ਦੇਸ਼ ਲਈ ਜਾਨ ਗਵਾ ਦਿੱਤੀ ਤੁਹਾਡੇ ਪਤੀ ਨੇ, ਪਰ ਪਿੰਡ ਵਿੱਚ ਕੋਈ ਤੁਹਾਡੇ ਉਹਨਾਂ ਨੇ ਯਾਦ ਨਹੀਂ ਸਰਕਾਰ ਨੇ? ਕੁਛ ਵੀ ਨਹੀਂ, ਇੱਕ ਚੀਜ਼ ਵੀ ਨਾ, ਪੰਚਾਇਤ ਵੱਲੋਂ, ਨਾ ਸਰਪੰਚ ਵੱਲੋਂ, ਨਾ ਸਰਕਾਰ ਵੱਲੋਂ, ਕਿਸੇ ਵੱਲੋਂ। ਪਿਛਲੀ 15 ਅਗਸਤ ਨੂੰ ਸ਼ਹੀਦਾਂ ਨੂੰ ਇੱਕ ਉੱਥੇ ਲਾ ਕੇ ਆਇਆ ਸੇਲ, ਹੋਰ ਕੁਛ ਨੀ, ਇੱਕ ਚਾਂਦੀ ਦਾ ਰੁਪਈਆ, ਇੱਕ ਚਾਂਦੀ ਦਾ ਰੁਪਈਆ। ਅੱਜ ਇੱਥੇ ਤੁਸੀਂ ਆਜ਼ਾਦੀ ਦਿਹਾੜੇ ਦਾ ਸਮਾਗਮ ਬਣਾ ਰਹੇ ਆ, ਠੀਕ ਹੈ, ਔਰ ਪ੍ਰਸ਼ਾਸਨ ਵੱਲੋਂ ਤੁਹਾਨੂੰ ਸੱਦਾ ਪੱਤਰ ਦਿੱਤਾ ਗਿਆ, ਕੀ ਮਹਿਸੂਸ ਕਰਦੇ ਹੋ? ਕਿੰਨੀ ਵਾਰ ਤੁਸੀਂ ਇੱਥੇ ਆਏ ਜਗੇ? ਮੈਂ ਪਹਿਲੀ ਵਾਰੀ ਆ, ਪਹਿਲੀ ਵਾਰ ਹੈ। ਔਰ ਉਹਨਾਂ ਦਾ ਯਾਦਗਾਰੀ ਵਾਸਤੇ ਕੋਈ ਮਤਲਬ ਸਮਾਗਮ ਪਿੰਡ ਵਿੱਚ ਕਰਾਇਆ ਜਾਂਦਾ ਪ੍ਰਸ਼ਾਸਨ ਵੱਲੋਂ, ਕਿਸੇ ਵੱਲੋਂ? ਕੁਛ ਨਹੀਂ, ਕੁਛ ਨਹੀਂ, ਅਜੇ ਤੱਕ ਜਾ ਕੇ ਵੇਖ ਸਕਦੇ, ਕੁਛ ਨਹੀਂ। ਅੱਜ 24 ਸਾਲ ਹੋ ਗਏ, 5 ਲੱਖ, ਕੁਛ ਨਹੀਂ। ਕੀ ਕਹਿਣਾ ਚਾਹੁੰਦੇ ਤੁਹਾਡੇ ਜੀ? ਵੇਖੋ, ਦੇਸ਼ ਲਈ ਜਾਨ ਗਵਾ ਦਿੱਤੀ ਉਹਨਾਂ ਨੇ, ਦੇਸ਼ ਲਈ। ਔਰ ਅਰੈਸਟ ਵਜੇ ਲੱਤਾਂ ਦੇ ਵਿੱਚ ਲੱਤਾਂ ਨਹੀਂ ਸੀ ਹੈਗਾ, ਇੱਥੋਂ ਗੋਲੀ ਲੱਗੀ, ਆਹ ਵੱਖੀ ਪਾੜ ਕੇ ਨਿਕਲੀ, ਬਾਕੀ ਮੂੰਹ ਨਹੀਂ ਹੈਗਾ, ਡਿੱਗ ਡਿੱਗ ਕੇ ਪੱਥਰਾਂ ਚ ਉਹ ਵੀ ਭੱਜਿਆ ਸੀ ਸਾਰਾ, ਸਿਰਫ ਡੈਡ ਬੋਡੀ ਲੈ ਕੇ ਆਏ ਸੀ, ਆਇਆ ਕੁਛ ਨਹੀਂ ਸੀ ਉਹਨਾਂ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ, ਕੇਂਦਰ ਸਰਕਾਰ ਨੂੰ, ਜਿਵੇਂ ਦਾ ਅੱਜ ਕੱਲ ਜਿਵੇਂ ਸਿਸਟਮ ਚੱਲਦਾ, ਜਿਵੇਂ ਸ਼ਹੀਦ ਹੋ ਗਏ ਆ, ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਉਹਨਾਂ ਦੀ ਮੌਤ ਹੋਈ ਆ, ਔਰ ਉਹਦੇ ਵਿੱਚ ਦੇਸ਼ ਲਈ ਜਾਨ ਗਵਾ ਗਏ ਆ, ਔਰ ਆਉਣ ਵਾਲੇ ਬੱਚਿਆਂ ਨੂੰ ਗਾਂ ਸਰਕਾਰ ਕਹਿੰਦੀ ਭਰਤੀ ਹੋ, ਔਰ ਐਵੇਂ ਦਾ ਬਾਅਦ ਵਿੱਚ ਉਹਨਾਂ ਨੇ ਇਹੋ ਜਿਹਾ ਪਰਿਵਾਰਾਂ ਨਾਲ ਸਲੂਕ ਕੀਤਾ ਜਾਂਦਾ, ਕੀ ਕਹਿਣਾ ਚਾਹੁੰਦੇ? ਮੈਂ ਤੇ ਇਹੀ ਕਹਿਣੀ, ਮੇਰਾ ਬੇਟਾ ਰੁਜ਼ਗਾਰ ਹੈ, ਉਹਨੂੰ ਜੋਬ ਦੇ ਦਿਓ, ਵੱਡਾ ਤਾਂ ਕਰਦਾ ਪਿਆ ਵੀ ਆਪਣੀ ਰੋਟੀ ਤੇ ਲੱਗਾ ਹੋਇਆ ਹੈ, ਛੋਟਾ ਬਿਲਕੁਲ ਹੀ ਰੁਜ਼ਗਾਰ, ਬਿਲਕੁਲ ਹੀ ਰੁਜ਼ਗਾਰ, ਬਾਕੀ ਇਹਨਾਂ ਨੇ ਕੁਛ ਵੀ ਨਹੀਂ ਦਿੱਤਾ ਸਾਡੇ ਪਿੰਡ ਦੇ ਵਿੱਚ, ਕੋਈ ਵੀ ਉਹਦੇ ਨਾਂ ਦੀ ਚੀਜ਼ ਨਹੀਂ ਬਣੀ, ਪਰ ਸ਼ਹੀਦ ਹੋ, ਇੰਨੀ ਬੁਰੀ ਹਾਲਤ ਨਾਲ ਹੋਏ, ਗੋਲੀਆਂ ਖਾ ਖਾ ਕੇ ਛੱਡ ਇਸੇ ਤਰ੍ਹਾਂ ਇਹ ਪਰਿਵਾਰਾਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ, ਕੇਂਦਰ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਾ ਮਿਲਣ ਤੋਂ ਬਾਅਦ ਉਹਨਾਂ ਵਿੱਚ ਬਹੁਤ ਜ਼ਿਆਦਾ ਰੋਸ ਹੈ, ਨਾ ਹੀ ਟੱਕਰੀ ਮਿਲੀ ਹੈ, ਨਾ ਹੀ ਪਿੰਡ ਵਿੱਚ ਕੋਈ ਯਾਦਗਾਰ ਬਣਾਈ ਗਈ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਬਜ਼ੁਰਗ ਮਾਤਾ ਜੀ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਇਹ ਮਾਤਾ ਜੀ ਸਤਿ ਸ੍ਰੀ ਅਕਾਲ, ਤੁਹਾਡਾ ਕੀ ਨਾਮ ਹੈ, ਕਿੱਥੋਂ ਆਏ ਜੋ, ਤੁਹਾਡਾ ਕੌਣ ਸ਼ਹੀਦ ਹੋਇਆ ਸੀ ਇਹਦੇ ਵਿੱਚ? ਤੁਹਾਡੇ ਕੌਣ ਸ਼ਹੀਦ ਹੋਇਆ ਸੀ, ਔਰ ਕਿਹੜੇ ਸਮੇਂ ਚ ਹੋਏ, ਕਿਹੜੇ ਸਾਲ ਚ ਹੋਏ? 2002 ਚ 12 ਅਗਸਤ 2002। ਸਰਕਾਰ ਵੱਲੋਂ ਕਿਹੜੀ ਕਿਹੜੀਆਂ ਸਹੂਲਤਾਂ ਮਿਲੀਆਂ ਤੁਹਾਨੂੰ? ਸਹੂਲਤ ਨੇ ਇੰਨੀ ਖਾਸ ਨੀ ਮਿਲੀ, ਬੱਚਿਆਂ ਨੂੰ ਨੌਕਰੀ ਮਿਲੀ 4 ਕਲਾਸ ਦੀ, ਉਹ ਵੀ 4 ਕਲਾਸ ਦੀ ਨੌਕਰੀ ਮਿਲੀ ਹੈ। ਹਾਂਜੀ, ਪਰ ਪਿੰਡ ਚ ਕੋਈ ਯਾਦਗਾਰੀ ਬਣਾਈ ਗਈ? ਕੋਈ ਨੀ ਬਣਾਈ। ਔਰ ਪਿੰਡ ਚ ਉਹਨਾਂ ਦੀ ਕੋਈ ਬਰਸੀ ਮਨਾਈ ਜਾਂਦੀ ਹੋਵੇ ਪ੍ਰਸ਼ਾਸਨ ਵੱਲੋਂ, ਤੁਹਾਨੂੰ ਸਾਲ ਬਾਅਦ ਯਾਦ ਕੀਤਾ ਜਾਂਦਾ ਹੋਵੇ ਜਦੋਂ ਸ਼ਹੀਦ ਹੋਏ ਗਏ? ਸਾਲ ਉਹਨਾਂ ਦੀ ਬਰਸੀ ਮਨਾਉਣੀ, ਕੋਈ ਪ੍ਰਸ਼ਾਸਨ ਵੱਲੋਂ ਕੁਛ ਨੀ ਕੀਤਾ ਜਾਂਦਾ। ਅੱਜ ਸਮਾਗਮ ਚ ਪੁੱਜੇ ਜੇ, ਤੁਹਾਨੂੰ ਬੁਲਾਇਆ, ਸੱਦਾ ਪੱਤਰ ਦਿੱਤਾ ਉਹਨਾਂ ਨੇ, ਕਿਵੇਂ ਦਾ ਮਹਿਸੂਸ ਕਰਦੇ ਜੇ? ਉਹਨਾਂ ਉਹਨਾਂ ਦੇ ਪ੍ਰਤੀ ਜਿਹੜੀ ਉਹਨਾਂ ਨੇ ਦੇਸ਼ ਲਈ ਜਾਨ ਦਿੱਤੀ ਆ, ਉਹਨਾਂ ਪ੍ਰਤੀ ਤੁਹਾਡੇ ਕੀ ਸ਼ਬਦ ਕਹਿਣਾ ਚਾਹੁੰਦੇ? ਜ਼ਿੰਦਗੀ ਗਵਾ ਲਈ ਸਰ, ਔਰ ਅੱਗੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਫੌਜ ਚ ਭਰਤੀ ਹੋ ਰਹੀ ਆ, ਸਰਕਾਰ ਵੱਲੋਂ ਇਹਨਾਂ ਨਾਲ ਫਰੀਡਮ ਆਜ਼ਾਦੀ ਗੁਲਾਟੀ ਹੈ ਜਿਹੜੇ, ਉਹਨਾਂ ਨਾਲ ਐਵੇਂ ਦਾ ਸਲੂਕ ਕੀਤਾ ਜਾਂਦਾ, ਕੀ ਕਹਿਣਾ ਚਾਹੁੰਦੇ ਜੇ? ਮੈਂ ਕੀ ਕਹਿਣਾ ਚਾਹੁੰਦੀ, ਕੁਛ ਨਹੀਂ ਕਹਿਣਾ ਚਾਹੁੰਦੀ, ਮੈਂ ਤੇ ਹੋਇਆ ਨਹੀਂ, ਚਲੋ ਬਾਹਰ ਬੱਚੇ ਠੀਕ ਠਾਕ।
ਹਾਂਜੀ, ਤੁਹਾਡਾ ਕੀ ਨਾਮ ਆ ਔਰ ਗੁਰਦਿੱਤ ਸਿੰਘ ਜਿਹੜੇ ਤੁਹਾਡੇ ਕੀ ਲੱਗਦੇ ਸੀ? ਸਾਡੇ ਦਾਦਾ ਜੀ ਸਰਦਾਰ ਗੁਰਦਿੱਤ ਸਿੰਘ ਫਰੀਡਮ ਫਾਈਟਰ ਰਹੇ ਆ, ਉਹਨਾਂ ਬਾਰੇ ਜਾਣਕਾਰੀ ਦਿਓ। ਹਾਂਜੀ, ਇਹ ਸਰਦਾਰ ਗੁਰਦਿੱਤ ਸਿੰਘ ਆਜ਼ਾਦੀ ਘਾਟੀਏ ਜੈ ਹਿੰਦ ਫੌਜ ਦੇ ਵਿੱਚ ਭਰਤੀ ਹੋਏ ਆ। ਜਦੋਂ ਸਰਦਾਰ ਭਗਤ ਸਿੰਘ ਨੇ ਜੈ ਹਿੰਦ ਫੌਜ ਤਿਆਰ ਕੀਤੀ ਆ ਤੇ ਉਹਨਾਂ ਦੇ ਵਿੱਚ ਭਰਤੀ ਹੋਏ ਆ। ਇਹ ਜੀ ਆਪਣੇ ਇਹ ਫੜੇ ਗਏ ਸੀ ਬਾਹਰ USA ਦੇ ਵਿੱਚ, ਜਦੋਂ ਜੈ ਹਿੰਦ ਫੌਜ ਤਿਆਰ ਕੀਤੀ ਆ ਤੇ ਉਹਨਾਂ ਦੇ ਵਿੱਚ ਇਹ ਫੜੇ ਗਏ ਸੀ। ਇਹ ਡਿਪੋਰਟ ਕਰਕੇ ਜਦੋਂ ਇੱਥੇ ਆਏ ਆ ਤੇ ਕਾਲੇ ਪਾਣੀ ਇਹਨਾਂ ਨੂੰ ਜੇਲ੍ਹ ਹੋਈ ਆ ਜੀ। ਬਹੁਤ ਸਮਾਂ ਇਹਨਾਂ ਜੇਲ੍ਹ ਕੱਟੀ ਆ ਜੀ ਕਾਲੇ ਪਾਣੀ। ਉਹ ਤੋਂ ਬਾਅਦ ਇਹਨਾਂ ਦੀ ਹਾਜ਼ਰੀ ਵੀ ਲੱਗਦੀ ਰਹੀ ਸਰਿਆਲੀ ਥਾਣੇ ਦੇ ਵਿੱਚ। ਲਾਹੌਰ ਸ਼ਹਿਰ ਦੇ ਵਿੱਚ ਵੀ ਜਾਂਦੇ ਰਹੇ ਜੀ ਹਾਜ਼ਰੀ ਲਾਉਣ ਵਾਸਤੇ ਮਹੀਨੇ ਬਾਅਦ। ਤੇ ਸਾਡੇ ਦਾਦਾ ਜੀ ਆ ਜੀ ਸਰਦਾਰ ਗੁਰਦਿੱਤ ਸਿੰਘ, ਮੈਂ ਉਹਨਾਂ ਦਾ ਪੋਤਰਾ ਵਾਂ, ਸਰਦਾਰ ਸਰੂਪਵਾਸੀ ਸਰੂਪ ਸਿੰਘ ਦਾ ਬੇਟਾ ਜੀ। ਇਹ ਸਾਨੂੰ ਇਹਨਾਂ ਦੀ ਜਾਣਕਾਰੀ ਹੈ ਜੀ ਵੀ ਇਹਨਾਂ ਦੀ ਕੁਛ ਗੌਰਮੈਂਟ ਵੱਲੋਂ ਸਹੂਲਤ ਮਿਲਣੀ ਚਾਹੀਦੀ ਹੈ। ਇਹਨਾਂ ਦੀ ਕੋਈ ਸਾਨੂੰ ਸਹਾਇਤਾ ਨਹੀਂ ਮਿਲੀ, ਕੋਈ ਨੌਕਰੀ ਪਰਿਵਾਰ ਨੂੰ ਕੋਈ। ਇਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਜੀ ਇਹਨਾਂ ਨੇ ਆਪਣਾ ਆਜ਼ਾਦੀ ਘਾਟੀਆਂ ਵਾਸਤੇ। ਸਰਕਾਰ ਵੱਲੋਂ ਕੀ ਸਹੂਲਤ ਮਿਲੀ ਅੱਜ ਤੱਕ ਤੁਹਾਨੂੰ? ਅਜੇ ਤੱਕ ਸਾਨੂੰ ਜੀ ਪੈਨਸ਼ਨ ਮਿਲੀ ਥੋੜ੍ਹਾ ਕੁ ਚਿਰ, ਮਾਰਾ ਸਾਡੀ 4-5 ਸਾਲ ਉਹ ਬਿਰਦ ਹੋਏ ਸੀ 2005 'ਚ ਪੂਰੇ ਹੋਏ ਤੇ 1 'ਚ ਇਹਨਾਂ ਦੀ ਪੈਨਸ਼ਨ ਸ਼ੁਰੂ ਹੋਈ 2001 'ਚ। ਉਹ ਤੋਂ ਬਾਅਦ ਸਾਨੂੰ ਕੋਈ ਸਹੂਲਤ ਨਹੀਂ ਜੀ ਮਿਲੀ। ਇਹਨਾਂ ਸ਼ਹੀਦਾਂ ਪਰਿਵਾਰ ਦੀ ਇਹਨਾਂ ਦੀ ਕੋਈ ਬਾਂਹ ਫੜਨੀ ਚਾਹੀਦੀ ਗੌਰਮੈਂਟ ਨੂੰ। ਇਹਨਾਂ ਬਹੁਤ ਵੱਡਾ ਯੋਗਦਾਨ ਪਾਇਆ ਵਾ ਆਪਣਾ ਜੀ। ਅੱਜ ਇੱਥੇ ਆਜ਼ਾਦੀ ਦਿਵਸ ਤੇ ਸਮਾਗਮ 'ਚ ਪਹੁੰਚੇ ਜੇ ਅੱਜ ਅਸੀਂ ਤੇ ਚਲੋ ਸਰਕਾਰ ਕੋਲ ਇਹੋ ਮੰਗ ਕਰਦੇ ਹਾਂ ਵੀ ਇਹਨਾਂ ਦੀ ਕੋਈ ਯਾਦਗਾਰੀ ਬਣ ਜਾਵੇ ਪਿੰਡ 'ਚ, ਇਹਨਾਂ ਦੇ ਪਰਿਵਾਰ ਦੀ ਕੋਈ ਬਾਂਹ ਫੜੀ ਜਾਵੇ, ਕੋਈ ਨੌਕਰੀ ਕਿਸੇ ਨੂੰ ਮਿਲ ਜਾਵੇ ਗਾਂ ਆਉਣ ਵਾਲੇ ਬੱਚਿਆਂ ਛੋਟਿਆਂ ਨੂੰ। ਅਸੀਂ ਤੇ ਇਹੋ ਮੰਗ ਕਰਦੇ ਹਾਂ ਜੀ ਗੌਰਮੈਂਟ ਕੋਲ। ਬਾਕੀ ਇਹਨਾਂ ਗੌਰਮੈਂਟ ਦੀ ਸੋਚ ਆ ਜੀ ਅੱਗੇ ਤੋਂ। ਚਲੋ ਬਹੁਤ ਸਰਕਾਰਾਂ ਦੂਰ ਤੱਕ ਚਲ ਗਈਆਂ ਵਾ, ਬਾਕੀ ਭਗਵਾਨ ਕੋਲ ਆਸ ਹੈ ਸਾਨੂੰ ਜੀ ਕੋਈ ਨਾ ਕੋਈ ਇਹਨਾਂ ਬਾਰੇ ਸੋਚੂਗਾ। ਪਰਿਵਾਰ ਦੀ ਕੋਈ ਸਾਰ ਨਹੀਂ ਲਈ ਜਾਂਦੀ ਕੇਂਦਰ ਸਰਕਾਰ ਵੱਲੋਂ, ਔਰ ਨੌਜਵਾਨ ਪੀੜ੍ਹੀ ਨੂੰ ਕਿਹਾ ਜਾਂਦਾ ਕਿ ਦੇਸ਼ ਲਈ ਭਰਤੀ ਹੋਵੋ ਔਰ ਦੇਸ਼ ਦੀ ਸੇਵਾ ਕਰੋ, ਪਰ ਜੇ ਸਰਕਾਰ ਦਾ ਕੇਂਦਰ ਸਰਕਾਰ ਦਾ ਇਹੋ ਜਿਹਾ ਰਵੱਈਆ ਆਜ਼ਾਦੀ ਘੁਲਾਟੀਆਂ ਨਾਲ ਰਹੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਫੌਜ ਭਰਤੀ ਹੋਗੀ ਉਹਨਾਂ ਦੇ ਪਰਿਵਾਰਾਂ ਨਾਲ ਕੀ ਬੀਤੇਗਾ? ਰਮਨ ਚਾਵਲਾ, ਜਗਬਾਣੀ TV, ਤਰਨ ਤਾਰਨ ਨੂੰ।